समय असी नवा शहर बरनाला रोड से मौजूद हाँ। भैन जी साडे नाल ने, इन्हां दे हथ च लिफाफा रह गया, लिफाफा रह गया तो लिफाफे के अंदर पर्स सी, पर्स खो के दस रहे हैं कि नौजवान कोई मोटरसाइकिल से खो के लै गया। भैन जी कितनी उम्र सी मुंडे की? आले दुआले घर आ लग के ए देखी जावे दो बार देख के मैं पूछ लिया, मैं क्या कह लो कौन हो तू, जानू मेरे मुंडे उठे इदा कहे थे, जानू नट गया। मतलब तुहाडे भी कल रात इत्थे चोरी करन दी कोशिश की? अच्छा भैन जी की सीगा पर्स विच? की सीगा पर्स विच? 500 रुपये सी, होर नहीं सी कोई। ते डॉक्यूमेंट सीगे? डॉक्यूमेंट सारे मेरे मुंडे दी दवाई आ विच भाजी। तुसी सिविल हॉस्पिटल तो? हां जी सिविल हॉस्पिटल। तां मतलब हैरानी वाली गल है कि भैन बेचारी तुर के आई है सिविल हॉस्पिटल तो बच्चे दी दवाई लैके, बंदा किन्नी कटौती करदा आ, रिक्शा तक भी नहीं कीता कि चलो पैसे, तुहानू पता कि अजकल बड़ा औखा, अजकल बड़ा औखा सरदा, बेचारी एक एक रुपया बचा के तुर के सिविल हस्पताल तो आई है, तो इतने आके 2-3 किलोमीटर दूर आके तो जो पर्स खो लिया। भैन जी इदा करो जो तुम्हें टेंशन है आप गड्डी आ जाओ साढ़े नाल, आप आ जाओ आ जाओ आ जाओ। नहीं मोबाइल बात हाथ मोबाइल हाथ फटाया आ जाओ। भैन जी आ जाओ। भैन जी जाना कितने तुम? ਪਾਜੀ ਮੈਂ ਉਹਨੂੰ ਮੁੰਡੇ ਨੂੰ ਦੇਖਣਾ ਹੈ। ਮੈਂ ਉਦਾ ਤੁਸੀਂ ਕਿੱਥੇ ਜਾਣਾ? ਉਦਾ ਤਾਂ ਮੈਂ ਇੱਥੇ ਆਪਣੇ ਮਹੱਲੇ 'ਚ ਜਾਣਾ, ਰਵਿਦਾਸ ਦੂਸਰੇ 'ਚ ਹੀ, ਹਰਗੋਬਿੰਦ ਨਗਰ। ਅੱਛਾ ਚਲੋ ਆ ਜਾਓ। ਤੁਹਾਡੇ ਹਸਬੈਂਡ? ਉਹ ਹੈ ਨਹੀਂ ਇੱਥੇ, ਬਾਹਰ ਕੰਮ ਕਰਨਗੇ। ਚਲੋ ਆ ਜਾਓ ਕੋਈ ਗੱਲ ਨਹੀਂ, ਦੇਖ ਲਓ। ਪੈਸੇ ਕਹਿੰਦੇ 500 ਰੁਪਇਆ ਸੀ ਵਿੱਚ, ਡਾਕੂਮੈਂਟਸ ਦੀ ਚਿੰਤਾ ਉਹਨਾਂ ਨੂੰ, ਬੱਚੇ ਦੀ ਬੱਚੇ ਦੇ ਦਿੱਤਾ ਕਾਰਡ ਕੂਡ ਹੈ ਵਗੈਰਾ? ਹਾਂਜੀ ਕਾਰਡ ਕੂਡ ਭਾਜੀ ਹੈ, ਤੁਸੀਂ ਰਹਿਣ ਦਿਓ ਕਾ ਤੋਂ ਤੁਸੀਂ? ਨਹੀਂ ਭਾਜੀ ਰਹਿਣ ਦਿਓ ਹੈ ਤੁਸੀਂ। ਚਲੋ ਆ ਜਾਓ ਕੋਈ ਗੱਲ ਨਹੀਂ, ਆਪਾਂ ਭਾਜੀ ਤੁਸੀਂ ਮੈਨੂੰ ਡਾਕੂਮੈਂਟ ਲੈ ਦਿਓ ਕਿ ਤੇ ਦੇਖਿਓ ਕਿ ਡਾਕੂਮੈਂਟ ਦੇਖ ਲੈਨੇ ਆ। ਚੱਲੇ ਉਹੀ ਦੇਖਣ ਚੱਲੇ, ਆ ਜਾਓ ਭੈਣ ਜੀ ਵਿਜੇ, ਆ ਜਾਓ ਆ ਜਾਓ ਆ ਜਾਓ ਭੈਣ ਜੀ ਆ ਜਾਓ, ਆਪਾਂ ਲੱਭਦੇ ਆ, ਕੋਸ਼ਿਸ਼ ਕਰਦੇ ਆ। ਰਾਤੀ ਵੀ ਬੰਦਾ ਇੱਥੇ ਮਿਲਦਾ ਆ ਜਾਓ। ਹਾਂਜੀ ਨਸ਼ਿਆਂ ਵਾਲੇ ਆ ਭਾਜੀ, ਹੋਰ ਕੋਈ ਨਹੀਂ ਹੈਗਾ। ਤੁਸੀਂ ਦੇਖੋ ਭੈਣ ਜੀ ਆਲੇ ਦੁਆਲੇ ਜੇ ਕਿਤੇ ਤੁਹਾਨੂੰ ਲੱਗਦਾ ਕਿਤੇ ਸਮਾਨ ਭਾਜੀ ਉਹਨੇ ਇੱਥੇ ਕਿਤੇ ਰੁਕਣਾ ਸੀਗਾ ਮੈਨੂੰ ਦੇ ਦੱਸ ਦੋ। ਸਿੱਧਾ ਗਿਆ ਭੈਣ ਜੀ? ਸਿੱਧਾ ਗਿਆ ਕਿ ਮੁੜ? ਸਿੱਧਾ ਹੀ ਜਾਈ ਗਿਆ ਉਹ, ਮੈਂ ਮੁੰਡੇ ਜਾਈ ਨੂੰ ਇੱਕ ਨੂੰ ਕਿਹਾ ਮੇਰੇ ਮੂਹਰੇ ਤੁਰ ਆਇਆ ਸੀਗਾ, ਮੈਂ ਕਿਹਾ ਭਾਜੀ ਇਹਨੂੰ ਰੋਕੀ ਰੋਕੀ, ਕਹਿੰਦਾ ਉਹ ਤਾਂ ਉਹ ਚਲ ਗਿਆ। ਉਹ ਭੈਣ ਜੀ ਇੱਦਾਂ ਡਰਦਾ ਕੋਈ ਹੱਥ ਵੀ ਨਹੀਂ ਪਾਉਂਦਾ ਨਾ ਨਸ਼ੇ ਵਾਲਿਆਂ ਨੂੰ। ਹਾਂਜੀ ਭਾਜੀ ਕਈ ਵੇਲੇ ਇਹਨਾਂ ਕੋਈ ਅਸਲਾ ਹੁੰਦਾ, ਇੱਥੇ ਦੇਖਦੇ ਕਿਤੇ ਜੇ ਸਮਾਨ ਸੁਣ ਸਿੱਟਿਆ ਹੋਵੇ। ਮੈਂ ਚੱਕ ਕੇ ਮਾਰੂੰਗਾ ਉਹਨੂੰ, ਦੇਖ ਦੂ ਕੇ ਲਿਖਾਵੇ। ਤੁਹਾਡੇ ਬੱਚੇ ਦਵਾਈਆਂ ਵੀ ਵਿੱਚ ਹੀ ਆ ਨਾ? ਦਵਾਈਆਂ ਵੀ ਭਾਜੀ ਵਿੱਚ ਹੀ ਆ ਉਹਦੇ ਤਾਂ। ਦੇਖਦੇ ਜਾਂਦੇ ਹਾਂ ਅਸੀਂ ਇੱਥੇ ਲਿਫਾਫਾ ਦਾ। ਮੈਡਮ ਲਿਫਾਫਾ ਦਿਖਾਓ ਕਿਹੜੇ ਰੰਗ ਦਾ? ਹਾਂ ਦੇਖੋ ਨੀਲੇ ਰੰਗ ਦਾ ਲਿਫਾਫਾ। ਦੇਖਦੇ ਜਾਂਦੇ ਆਪਾਂ ਭੈਣ ਜੀ ਜੇ ਇੱਥੇ ਕਿਤੇ ਹੋਵੇ। ਜੀ ਸਾਹਿਬ ਕੀ ਲੱਗਦਾ ਇਹ ਹਾਲਾਤ ਕਿੱਧਰ ਨੂੰ ਜਾ ਰਹੇ ਆ? ਭਾਜੀ ਬਹੁਤ ਜ਼ਿਆਦਾ ਡਰ ਬਣਿਆ ਪਿਆ ਹੁਣ, ਇੱਦਾਂ ਜੇ ਚੋਰੀਆਂ ਸ਼ਰੇਆਮ ਹੋਣ ਲੱਗ ਪਈ। ਹੁਣ ਦੇਖੋ ਭੈਣ ਜੀ ਵਿਚਾਰੀ ਇਹ ਕਿੰਨੀ ਤਕਲੀਫ 'ਚ ਹੈ, ਬੱਚੇ ਦੀ ਦਵਾਈਆਂ ਲੈ ਕੇ ਜੀ, ਕਿੰਨੀ ਮਾੜੀ ਗੱਲ ਆ। ਹੁਣ ਇੱਕ ਮਾਂ ਆ, ਮਾਂ ਦਾ ਦਰਦ ਸਮਝੋ, ਬੱਚਾ ਤਕਲੀਫ 'ਚ ਆ, ਹੁਣ ਡਾਕਟਰ ਨੂੰ ਫਿਰ ਕਿਵੇਂ ਦਿਖਾਊਗੀ? ਹੁਣ ਉਹਨੂੰ ਥੋੜ੍ਹੇ ਪਤਾ ਕੀ ਕੀ ਦਵਾਈਆਂ ਵਿੱਚ ਲਿਖਿਆ? ਹਾਂਜੀ ਪਰਚੀ ਵੀ ਡਾਕਟਰ ਕੋਲ ਪਰ ਵਿੱਚੇ ਹੀ ਪਰਚੀ ਆ, ਵਿੱਚੇ ਹੀ ਸਾਰਾ ਕੁਛ ਆ। ਚਲੋ ਰਾਤੀ ਚਲੋ ਪਹਿਲਾਂ ਦੇਖ ਲੈਂਦੇ ਹਾਂ, ਵਿੱਚੇ ਹੀ ਪਰਚੀ, ਵਿੱਚੇ ਸਾਰਾ ਕੁਛ ਆ। ਜੇ ਅਸੀਂ ਤਕਲੀਫ ਸਮਝੀਏ ਇੱਕ ਮਾਂ ਦੀ, ਉਹਦਾ ਬੱਚਾ ਜਦੋਂ ਖੰਘ ਦਾ ਰੇਸ਼ਾ ਬਹੁਤ ਆ ਉਹਨੂੰ, ਹੁਣ ਕਿੱਦਾਂ ਉਹ ਜਾਊਗੀ ਮੁੜ ਕੇ ਉੱਥੇ ਸਰਕਾਰੀ ਹੌਸਪੀਟਲ? ਉੱਥੇ ਹੁਣ ਡਾਕਟਰ ਮਿਲਣਾ ਪਤਾ ਨਹੀਂ ਨਹੀਂ ਮਿਲਣਾ ਜੀ, ਅਤੇ ਵੀ ਕਿੱਥੋਂ ਦਵਾਈ ਲੈਣੀ ਹੈ, ਕਿੱਦਾਂ ਕਰਨਾ, ਕਿੰਨਾ ਔਖਾ ਆ। ਹਸਬੈਂਡ ਭੈਣ ਜੀ ਦੇ ਬਾਹਰ ਆ, ਇਕੱਲੀ ਮਾਂ ਉਹੀ ਗੱਲ ਨਾ। ਹੁਣ ਦੇਖੋ ਇੱਧਰ ਢੇਰ ਢੂਰ ਤਾਂ ਨਹੀਂ ਸਿੱਟ ਗਿਆ ਕਿਤੇ, ਲੱਗਦਾ ਤਾਂ ਹੈ ਨਹੀਂ।
ਲੱਗਦਾ ਭੈਣ ਜੀ ਕਿਤੇ। ਚਲੋ ਇੰਨਾ ਸ਼ੁਕਰ ਹੈ ਤੁਹਾਡਾ ਬੱਚਾ ਤੁਹਾਡੇ ਕੋਲ ਹੈ, ਬੱਚੇ ਦੇ ਕੋਈ ਸੱਟ ਚੋਟ ਨਹੀਂ ਲੱਗੀ। ਹਾਂ ਇਸ ਗੱਲ ਦਾ ਸ਼ੁਕਰ ਹੈ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ। ਨਾਲ ਦੀ ਨਾਲ ਅਸੀਂ ਆਡੀਅੰਸ ਨੂੰ ਵੀ ਜ਼ਰੂਰ ਬੇਨਤੀ ਕਰਨੀ ਚਾਹਾਂਗੇ ਕਿ ਜੇਕਰ ਕਿਸੇ ਨੂੰ ਲਿਫਾਫਾ ਲੱਭਦਾ ਆ ਦਵਾਈਆਂ ਦੇ ਵਿੱਚ ਜਾਂ ਤੁਹਾਨੂੰ ਪਰਚੀਆਂ ਮਿਲਦੀਆਂ ਡਾਕਟਰ ਦੀਆਂ ਇੱਦਾਂ ਕਿਤੇ ਸੜਕ 'ਤੇ ਕਿਨਾਰੇ ਡਿੱਗੀਆਂ ਪਈਆਂ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ। ਅਸੀਂ ਭੈਣ ਉਹਨਾਂ ਤੱਕ ਜਿਹੜਾ ਇਹਨਾਂ ਦਾ ਦਵਾਈਆਂ ਅਤੇ ਇਹਨਾਂ ਦਾ ਜੋ ਬੱਚੇ ਦੀ ਪ੍ਰਿਸਕ੍ਰਿਪਸ਼ਨ ਜਿਹੜੀ ਪਰਚੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਦੁੱਖ ਬਹੁਤ ਲੱਗਾ ਅੱਜ। ਐਡਰੈਸ ਦੱਸ ਦਈਏ ਕੋਈ। ਐਡਰੈਸ ਤੁਸੀਂ ਸਾਡੇ ਚੈਨਲ 'ਤੇ ਗੱਲ ਕਰ ਲਓ, ਅਸੀਂ ਕੋਈ ਨਹੀਂ ਭੈਣ ਜੀ ਉਹਨਾਂ ਤੱਕ ਪਹੁੰਚਾ ਦਾਂਗੇ। ਜਿੱਥੇ ਖੋਹ ਹੋਈ ਆ ਖੋਹ ਬਰਨਾਲਾ ਰੋਡ ਨਵਾਂ ਸ਼ਹਿਰ ਬਰਨਾਲਾ ਰੋਡ ਵਾਹਿਗੁਰੂ ਨਗਰ 'ਚ ਏਪੈਕਸ ਹੋਸਪਿਟਲ ਦੇ ਕੋਲ ਖੋਹ ਹੋਈ ਆ। ਇਹ ਬਹੁਤ ਮੰਦਭਾਗੀ ਗੱਲ ਹੈ। ਭੈਣ ਜੀ ਕਹਿੰਦੇ ਕਿ ਪੈਸੇ ਨਾਲ ਮੈਨੂੰ ਕੋਈ ਮਤਲਬ ਨਹੀਂ, ਪਰ ਵਿੱਚ ਬੱਚੇ ਦੀ ਦਵਾਈਆਂ, ਵਿੱਚ ਬੱਚੇ ਦੀਆਂ ਪਰਚੀਆਂ, ਬੱਚੇ ਦੀ ਪੂਰੀ ਡਿਟੇਲ, ਪੂਰੇ ਡਾਕੂਮੈਂਟ ਸਾਰੇ ਬੱਚੇ ਦੇ ਵਿੱਚ ਸੀਗੇ। ਬੜਾ ਔਖਾ ਹੋ ਜਾਂਦਾ, ਮੇਰੇ ਮਨ ਨੂੰ ਬੜੀ ਠੇਸ ਵੱਜੀ ਆ। ਥੱਕ ਹਾਰ ਕੇ ਹੁਣ ਭੈਣ ਜੀ ਨੂੰ ਉਹਨਾਂ ਦੇ ਘਰ ਛੱਡਣ ਆਏ ਹਾਂ। ਇੱਕ ਮਾਂ ਵਿਲਕਦੀ ਦੇਖ ਕੇ ਰੂਹ ਜ਼ਰੂਰ ਹਿਰਦੇ ਨੂੰ ਸੱਟ ਵੱਜੀ ਆ। ਭੈਣ ਜੀ ਕਹਿੰਦੇ ਕਿ ਉਹਨੂੰ ਮੈਂ ਕਿਹਾ ਵੀ ਕਿ ਤੈਨੂੰ ਲਿਫਾਫੇ ਵਿੱਚ ਕੁਝ ਨਹੀਂ ਮਿਲਣਾ, ਇਹ 'ਚ ਮੇਰੇ ਬੱਚੇ ਦੀਆਂ ਦਵਾਈਆਂ ਆ, ਬੱਚੇ ਦੀਆਂ ਪਰਚੀਆਂ ਆ, ਟੀਕੇ ਵਾਲੇ ਕਾਰਡ ਆ। ਤਾਂ ਉਹ ਪਰ ਉਹਨੇ ਕੋਈ ਕਹਿਣਾ ਨਹੀਂ ਮੰਨਿਆ। ਤਾਂ ਅਸੀਂ ਚੋਰ ਨੂੰ ਵੀ ਅਪੀਲ ਕਰਦੇ ਹਾਂ ਕਿ ਭਰਾ ਜੇ ਤੂੰ ਵੀਡੀਓ ਦੇਖਦਾ ਜਿੱਥੇ ਕਿਤੇ ਸਿੱਟ ਕੇ ਗਿਆ ਆ, ਜ਼ਰੂਰ ਇਹਨਾਂ ਤੱਕ ਦਵਾਈਆਂ ਦੇ ਬੱਚੇ ਦੇ ਕਾਰਡ ਬਣਾ ਦੇ, ਬੱਚੇ ਦੇ ਕਾਰਡ ਜਿਹੜੇ ਮੁੜ ਕੇ ਦੁਬਾਰਾ ਬਣਾਉਣੇ ਬਹੁਤ ਔਖੇ ਆ। ਤਾਂ ਭੈਣ ਜੀ ਦੇ ਦਿਲ 'ਚ ਇੱਕ ਬਹੁਤ ਵੱਡਾ ਡਰ ਆ। ਹੁਣ ਕਹਿੰਦੇ ਕਿ ਮੈਂ ਬੱਚੇ ਨੂੰ ਲੈ ਕੇ ਗਾਂਹ ਤੋਂ ਕਿੱਦਾਂ ਇਕੱਲੀ ਬਾਹਰ ਆਊਂਗੀ, ਕਿੱਦਾਂ ਮੈਂ ਬੱਚੇ ਦੀ ਦਵਾਈ ਲੈਣ ਜਾਣੀ ਆ। ਤਾਂ ਇਹ ਡਰ 'ਚ ਆ ਜਾਓ ਭੈਣ ਜੀ, ਆ ਜਾਓ। ਇਹ ਡਰ 'ਚ ਜਿਹੜਾ ਆ ਪੰਜਾਬ ਜੀ ਰਿਹਾ ਆ ਹੁਣ, ਇਹਦੇ 'ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਐਕਸ਼ਨ ਲੈਣਾ ਚਾਹੀਦਾ। ਉਹ ਕਰੇ ਭੈਣ ਜੀ, ਚਲੋ ਠੀਕ ਹੈ, ਤੁਸੀਂ ਜਾਓ। ਆਹ ਲਿਫਾਫਾ ਹੈ ਜੀ, ਆਹ ਲਿਫਾਫਾ ਖੋਹ ਕੇ ਲੈ ਕੇ ਗਿਆ। ਜੇ ਕਿਸੇ ਨੂੰ ਲਿਫਾਫਾ ਕਿਤੇ ਨਜ਼ਰ ਆਉਂਦਾ, ਉਹਦੇ ਵਿੱਚ ਭੈਣ ਜੀ ਦੇ ਬੱਚੇ ਦੀਆਂ ਦਵਾਈਆਂ ਆ, ਟੀਕੇ ਵਾਲੇ ਕਾਰਡ ਆ, ਹੋਰ ਇਹਨਾਂ ਦੀ ਸਾਰੀਆਂ ਪਰਚੀਆਂ ਆ, ਭੈਣ ਜੀ ਦੇ ਵੀ ਆਪਣੇ ਡਾਕੂਮੈਂਟ ਆ। ਤਾਂ ਤਰਸ ਆਉਂਦਾ ਆਪਣੇ ਆਪ 'ਤੇ, ਤਰਸ ਆਉਂਦਾ ਇਹਨਾਂ 'ਤੇ ਕੀ ਹਾਲਾਤ ਬਣ ਗਏ ਆ। ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਇੱਕ ਮਾਂ ਆਪਣੇ ਬੱਚੇ ਦਵਾਈ ਲੈ ਕੇ ਆਈ ਆ, ਅਸੀਂ ਉਹਨੂੰ ਹੁਣ ਅਸੀਂ ਬੇਨਤੀ ਵੀ ਕੀਤੀ ਕਿ ਭੈਣ ਜੀ ਆ ਜਾਓ, ਤੁਹਾਨੂੰ ਦਵਾਈ ਦਵਾ ਦਿੰਦੇ ਹਾਂ, ਸਿਵਲ ਹੋਸਪਿਟਲ ਚੱਲ ਜਾਂਦੇ ਹਾਂ ਜਾਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਦਿਖਾ ਦਿੰਦੇ, ਬੱਚੇ ਨੂੰ ਐਟਲੀਸਟ ਦਵਾਈ ਤਾਂ ਦਿਵਾਓ। ਬੱਚਾ ਰੇਸ਼ਾ ਨਾਲ ਬਿਲਕਦਾ ਪਿਆ ਸੀ, ਪਰ ਉਹਦੇ ਅੰਦਰ ਡਰ ਵਰ ਗਿਆ, ਵਸ ਗਿਆ। ਉਹ ਕਹਿੰਦੀ ਮੈਂ ਨਹੀਂ ਜਾਣਾ, ਮੈਂ ਆਪਣੇ ਘਰ ਹੀ ਜਾਣਾ, ਮੈਂ ਇਕੱਲੀ ਨਹੀਂ ਹੁਣ ਬਾਹਰ ਰਹਿ ਸਕਦੀ, ਮੈਨੂੰ ਘਰ ਪਹੁੰਚਾ ਦਿਉ। ਕਲਪਦੀ ਪਈ ਸੀ ਕਿੱਧਰ ਨੂੰ ਹਾਲਾਤ ਜਲ ਗਏ। ਹਰ ਬੰਦਾ ਸਹਿਮ 'ਚ ਜੀ ਰਿਹਾ, ਡਰ 'ਚ ਜੀ ਰਿਹਾ, ਔਰ ਸਟੇਜਾਂ ਤੋਂ ਯੱਕੜ ਵੱਢੇ ਜਾ ਰਹੇ ਆ, ਫੱਕੜ ਵੱਢੇ ਜਾ ਰਹੇ, ਅਸੀਂ ਐਂ ਕਰਤਾ ਉਹ ਕਰਤਾ, ਪੁਰਾਣੇ ਵੀ ਬੋਲੀ ਜਾਂਦੇ, ਨਵੇਂ ਵੀ ਬੋਲੀ ਜਾਂਦੇ ਆ। ਹਾਲਾਤ ਦੇਖੋ ਕੀ ਬਣੇ ਪਏ ਆ। ਇੱਕ ਮਾਂ ਕਿੱਦਾਂ ਡਰੀ ਪਈ ਆ, ਇੱਕ ਪਿਓ ਡਰਿਆ ਪਿਆ, ਇੱਕ ਪਰਿਵਾਰ ਡਰਿਆ ਪਿਆ, ਬੁਰੇ ਹਾਲਾਤ। ਸ਼ੁਕਰੀਆ।